they're hurt inside but they pretend to be okay. Achha. Thank you for noticing it. ਮੈਂ ਹਾਂਜੀ ਅੱਜ ਤੱਕ ਬਾਲ ਨਹੀਂ ਸੀ ਕਲਰ ਕਰਾਏ ਜੀ, ਸੋ ਮੈਨੂੰ ਇੱਦਾਂ ਸੀ ਕਿ ਧਿਆਨ ਨਾਲ ਬੋਲੋ, ਧਿਆਨ ਨਾਲ ਰਹੋ. ਇੱਕ ਮੈਂ ਪਹਿਲੇ ਦਿਨ ਤਾਂ ਮੈਂ ਬਹੁਤ ਇੱਦਾਂ ਪਿੱਛੇ ਪਿੱਛੇ ਸੀ, ਆਈ ਵਾਜ਼ ਜਸਟ ਨੋਟ ਟਰਾਇੰਗ ਟੂ ਟਾਕ ਮੱਚ, ਮੈਨੂੰ ਸੀ ਜ਼ਿਆਦਾ ਬੋਲਣਾ ਨਾ, ਬਸ ਚੁੱਪ ਕਰਕੇ ਬੈਠੀ ਰਹਾਂ. ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬੀ ਸੋਸ਼ਲ 'ਤੇ ਸਵਾਗਤ ਕਰਦੀ ਹਾਂ. ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ. 26 ਜੁਲਾਈ ਦੇ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਚੱਲ ਮੇਰਾ ਪੁੱਤ. ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਰਿਦਮ ਬੋਇਜ਼ ਇੰਟਰਟੇਨਮੈਂਟ, ਗਿਲਡਸ ਨੈਟਵਰਕ, ਓਮ ਜੀ ਸਟਾਰ ਸਟੂਡੀਓਜ਼ ਵਾਲਿਆਂ ਨੇ, ਅਤੇ ਫਿਲਮ ਨੂੰ ਡਾਇਰੈਕਟ ਕੀਤਾ ਜਨਜੋਤ ਸਿੰਘ ਹੋਰਾਂ ਨੇ. ਰਾਕੇਸ਼ ਧਵਨ ਹੋਰਾਂ ਨੇ ਇਸ ਫਿਲਮ ਦੀ ਕਹਾਣੀ ਲਿਖੀ ਆ. ਫਿਲਮ ਦੀ ਸਟਾਰਕਾਸਟ ਬਹੁਤ ਹੀ ਖੂਬਸੂਰਤ ਹੈ. ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਦਾ ਸੁਮੇਲ ਹੋਏਗਾ ਇਹ ਫਿਲਮ, ਅਤੇ ਇਸੇ ਹੀ ਸਟਾਰਕਾਸਟ ਦੇ ਵਿੱਚੋਂ ਅੱਜ ਸਾਡੇ ਨਾਲ ਹੈ ਸੈਵੀ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ. ਗੋਰੀ ਆ? ਨਹੀਂ ਜੀ, ਇੱਥੋਂ ਹੀ ਗਈ ਆ, ਆਪਣੀ ਆ, ਇੰਡੀਆ ਤੋਂ ਹੀ. ਵਨ ਐਂਡ ਓਨਲੀ ਸਿਮੀ ਚਾਲੂਰੀ ਸਾਡੇ ਨਾਲ ਨੇ, ਇਸ ਫਿਲਮ ਦੇ ਬਾਬਤ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ. ਮੈਮ, ਬਹੁਤ ਸਾਰੇ ਕਿਰਦਾਰ ਤੁਸੀਂ ਨਿਭਾਏ ਨੇ. ਪੱਕੋ ਦੇ ਨਾਲ ਸ਼ੁਰੂਆਤ ਹੋਈ ਸੀ, ਉਸ ਤੋਂ ਬਾਅਦ ਪਾਲੀ, ਗੁੱਡੀ, ਮਿਸ਼ਰੀ, ਬਸੰਤ ਐਂਡ ਅੱਛਾ ਦੋ ਨਾਮ ਮੈਨੂੰ ਭੁੱਲ ਗਏ. ਆਈ ਐਮ ਇੰਪ੍ਰੈਸਡ. ਇਹ ਸੈਵੀ ਦਾ ਕਿਰਦਾਰ ਉਹਨਾਂ ਕਿਰਦਾਰਾਂ ਨਾਲੋਂ ਕਿਵੇਂ ਵੱਖ ਹੈ, ਜਾਂ ਇਸ ਕਿਰਦਾਰ ਦੀ ਖੂਬਸੂਰਤੀ ਕੀ ਹੈ? ਇਸ ਕਿਰਦਾਰ ਦੀ ਖੂਬਸੂਰਤੀ ਸਭ ਤੋਂ ਪਹਿਲਾਂ ਇਹ ਆ ਕਿ ਬਾਕੀ ਪਿਛਲੇ ਕਿਰਦਾਰਾਂ ਨਾਲੋਂ ਬਿਲਕੁਲ ਡਿਫਰੈਂਟ ਆ, ਲੁੱਕ ਵਾਈਜ਼ ਸਭ ਤੋਂ ਪਹਿਲਾਂ, ਨੇਚਰ ਵਾਈਜ਼ ਵੀ, ਕਿਉਂਕਿ ਮੈਨੂੰ ਹੁੰਦਾ ਕਿ ਚਾਹੇ ਜੋ ਵੀ ਮੈਂ ਕੈਰੇਕਟਰ ਕਰਾਂ ਉਹ ਪਿਛਲੀ ਮੂਵੀਜ਼ ਨਾਲੋਂ ਡਿਫਰੈਂਟ ਹੋ, ਬਿਲਕੁਲ ਕਿਤੇ ਵੀ ਸਿਮਿਲੈਰਿਟੀ ਨਾ ਦਿਸੇ. ਚਾਹੇ ਪੀਰੀਅਡ ਫਿਲਮਸ ਹੀ ਸੀ ਮੇਰੀ ਬੈਕ ਟੂ ਬੈਕ, ਪਰ ਮੈਂ ਉਹ 'ਚ ਵੀ ਟਰਾਈ ਕਰਦੀ ਸੀ ਕਿ ਸਿਮਿਲੈਰਿਟੀ ਨਾ ਹੋਵੇ, ਫਿਰ ਵੀ ਕੈਰੇਕਟਰ ਡਿਫਰੈਂਟ ਹੋਣ. ਤਾਂ ਇਹ ਇੱਥੋਂ ਹੀ ਗਈ ਕੁੜੀ ਆ ਇੱਕ, ਅਤੇ ਵੈਰੀ ਕੌਨਫੀਡੈਂਟ ਅਤੇ ਬਹੁਤ ਸਮਝਦਾਰ ਜੀ ਕੁੜੀ ਆ. ਥੋੜ੍ਹੀ ਜਿਹੜੀ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਚਾਹੇ ਦੇਅਰ ਹਰਟ ਇਨਸਾਈਡ ਬਟ ਦੇ ਪ੍ਰਟੈਂਡ ਟੂ ਬੀ ਓਕੇ, ਥੋੜ੍ਹੀ ਜਿਹੀ ਉੱਦਾਂ ਦੀ ਆ. ਅਤੇ ਇੱਕ ਸ਼ੀਲਡ ਆ ਸੈਵੀ ਦੇ ਅੱਗੇ, ਇੱਕ ਰੱਖਦੀ ਆ, ਜਿਹੜੀ ਵਾਲ ਰੱਖਦੀ ਆ. ਤਾਂ ਬਹੁਤ ਸੋਹਣੀ ਚੀਜ਼ ਆ ਇਹ ਸਾਰਾ ਕੁਝ ਜਿੱਦਾਂ ਪਰੋਈ ਗਿਆ, ਸਾਰੇ ਆਰਟਿਸਟ ਇੱਕ ਦੂਜੇ ਨਾਲ ਜਿੱਦਾਂ ਆਉਂਦੇ ਨੇ, ਇਟਸ ਅ ਬਿਊਟੀਫੁਲ ਫੀਲਿੰਗ. ਸੈਵੀ ਤਾਂ ਮੈਨੂੰ ਵੈਸੇ ਹੀ ਬਹੁਤ ਪਸੰਦ ਆ, ਸ਼ੀ ਇਜ਼ ਲਿਟਲ ਸੈਵੇਜ ਐਜ਼ ਵੈਲ. ਜਿੱਦਾਂ ਤੁਸੀਂ ਟ੍ਰੇਲਰ 'ਚ ਦੇਖਦੇ ਹੋ, ਜਿੱਦਾਂ ਉਹ ਜਿੰਦਰ ਨੂੰ ਛੇੜਦੀ ਆ ਵੀ ਆ ਜਾ ਬਹਿ ਜਾ, ਪਹਿਲਾਂ ਆਈਟਮਸ ਨਾ, ਜੇ ਪਸੰਦ ਆਈ ਫਿਰ ਹੀ ਬਣਾਉਂਗੀ. ਸੋ ਕਾਫੀ ਇੰਟਰਸਟਿੰਗ ਕੈਰੇਕਟਰ ਆ, ਤੇ ਤੁਹਾਨੂੰ ਕਾਫੀ ਡਿਫਰੈਂਟ ਲੁੱਕ ਦੇਖਣ ਨੂੰ ਮਿਲੂਗੀ, ਔਰ ਐਟੀਟਿਊਡ ਐਂਡ ਨੇਚਰ ਐਵਰੀਥਿੰਗ ਇਜ਼ ਡਿਫਰੈਂਟ. ਸੈਵੀ ਪੰਜਾਬ ਤੋਂ ਹੀ ਸੈਵੀ ਬਣ ਕੇ ਗਈ ਸੀ ਜਾਂ ਉੱਥੇ ਜਾ ਕੇ ਬਣੀ ਆ? ਨਹੀਂ ਜੀ, ਉੱਥੇ ਜਾ ਕੇ ਬਣੀ ਆ. ਵੈਸੇ ਸੈਵੀ ਇੱਥੇ ਸੀ ਸਵਰਨਕੌਰ, ਸਵਰਨਕੌਰ ਤਾਂ ਉਹਨੂੰ ਆਪਣਾ ਨਾਮ ਬਹੁਤ ਪਸੰਦ ਆ, ਵੈਸੇ ਸੈਵੀ ਨੂੰ ਆਪਣਾ ਓਰਿਜਿਨਲ ਨਾਮ ਬਹੁਤ ਪਸੰਦ ਆ, ਉਹਦੀ ਨਾਨੀ ਮਾਂ ਨੇ ਰੱਖਿਆ ਸੀ. ਪਰ ਉੱਥੇ ਕਿਉਂਕਿ ਗੋਰਿਆਂ ਨੂੰ ਥੋੜ੍ਹੀ ਪ੍ਰੋਬਲਮ ਆਉਂਦੀ ਹੁੰਦੀ ਹੈ, ਤਾਂ ਉਹ ਆਪ ਹੀ ਚੇਂਜ ਕਰ ਦਿੰਦੇ ਹੁੰਦੇ, ਕਿਉਂਕਿ ਜਿਹੋ ਜਿਹੀ ਸੈਵੀ ਦੀ ਜੋਬਸ ਰਹੀਆਂ ਨੇ ਪੈਸਟ 'ਚ, ਤਾਂ ਫਿਰ ਉਹ ਸਵਰਨ ਕੌਰ ਦਾ ਸੈਵੀ ਬਣ ਗਿਆ, ਬਿਕੋਜ਼ ਇਟਸ ਜਸਟ ਈਜ਼ੀਅਰ ਫੋਰ ਦੈਮ, ਜਿੱਦਾਂ ਯੂਜੁਅਲੀ ਹੁੰਦਾ ਹੀ ਆਪਣੇ. ਹਾਂ ਬਿਲਕੁਲ. ਅੱਛਾ, ਇਹਦੇ 'ਚ ਅਮਰਿੰਦਰ ਭਾਅ ਜੀ ਹੋਰਾਂ ਦੇ ਕਰੈਕਟਰ ਦਾ ਨਾਂ ਹੈਗਾ ਜਿੰਦਰ, ਅਤੇ ਪੰਜਾਬ ਦੇ ਵਿੱਚ ਨਾ ਅਲੱਗ ਅਲੱਗ ਜਿਹੜੇ ਸਾਡੇ ਡਾਇਲੈਕਟ ਨੇਗੇ, ਚਾਰਾਂ ਪੰਜਾਬ ਡਾਇਲੈਕਟ ਦੇ ਵਿੱਚ ਉਸ ਨਾਂ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਬੋਲਿਆ ਜਾਊਗਾ. ਹਾਂਜੀ, ਜਿੰਦਰ, 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 ਹਾਂ ਜਿੰਦਰਾ, ਮੈਂ ਜਿੰਦਰ, ਜਿੰਦਰ, ਜਿੰਦਰ. ਹਾਂਜੀ, ਇਸ ਫਿਲਮ ਦੇ ਵਿੱਚ ਸਾਡੇ ਕੋਲ ਪਾਕਿਸਤਾਨ ਤੋਂ ਬਹੁਤ ਹੀ ਉਮਦਾ ਕਲਾਕਾਰ ਨੇਗੇ. ਮੇਰੀ ਸੁਰਤ ਦੇ ਵਿੱਚ ਮੈਨੂੰ ਲੱਗਦਾ ਇਹ ਪੰਜਾਬੀ ਦੀ ਪਹਿਲੀ ਫਿਲਮ ਹੋਏਗੀ ਜਿਹਦੇ ਵਿੱਚ ਅਸੀਂ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੂੰ ਦੇਖਾਂਗੇ, ਜਿਹਦੇ ਵਿੱਚ ਇਫਤਿਕਾਰ ਠਾਕੁਰ ਹੋਰੀ ਨੇ, ਅਕਰਮ ਉਦਾਸ ਹੋਰੀ ਨੇ, ਨਾਸਿਰ ਚੁਣੌਤੀ ਸਾਹਿਬ ਹੋਰੀ ਨੇਗੇ. ਮੈਂ ਥੋੜ੍ਹੇ ਟਾਈਮ ਪਹਿਲਾਂ ਇੰਗਲੈਂਡ ਤੋਂ ਇੱਕ ਸਾਡੇ ਪਾਕਿਸਤਾਨੀ ਸੀਗੇ, ਉਹ ਪਹਿਲੀ ਵਾਰ ਪੰਜਾਬ ਆਏ ਸੀਗੇ, ਉਹਨਾਂ ਨੂੰ ਅਸੀਂ ਇੰਟਰਵਿਊ ਕਰਨਾ ਸੀਗਾ, ਅਤੇ ਜਦੋਂ ਉਹ ਸਾਡੇ ਕੋਲ ਸੈੱਟ 'ਤੇ ਆਏ
ਤਾਂ ਮੈਨੂੰ ਇੰਟਰਵਿਊ ਤਾਂ ਸੀਗਾ ਵੀ ਹੋ ਜੂਗੀ, ਅਸੀਂ ਨਾ ਉਹਨਾਂ ਦੇ ਵਾਈਫ ਵੀ ਨਾਲ ਸੀਗੇ ਅਤੇ ਉਹਨਾਂ ਨੂੰ ਬੜੇ ਧਿਆਨ ਨਾਲ ਦੇਖ ਰਹੇ ਸੀ ਵੀ ਕਿਵੇਂ ਬਹਿ ਰਹੇ ਨੇ, ਕਿਵੇਂ ਉੱਠ ਰਹੇ ਨੇ, ਕਿਵੇਂ ਖਾ ਰਹੇ ਨੇ. ਫਿਰ ਇੱਕਦਮ ਦਿਮਾਗ 'ਚ ਵੀ ਹੈ ਤਾਂ ਇਨਸਾਨ ਦੈਟਸ ਐਗਜੈਕਟਲੀ ਆਰ ਪੁਆਇੰਟ. ਰਿਦਮ ਬੋਇਜ਼ ਦਾ ਵੈਸੇ ਵੀ ਇਹ ਖਾਸੀਅਤ ਹਮੇਸ਼ਾ ਰਹੀ ਆ ਕਿ ਉਹ ਕੁਛ ਨਵਾਂ ਲੈ ਕੇ ਆਉਂਦੇ ਨੇ, ਐਟਲੀਸਟ ਦੇ ਟਰਾਈ ਦੇਅਰ ਬੈਸਟ. ਦੇਖ ਕੇ ਹੁਣ ਤਾਂ ਮੈਂ ਆਪ ਹੀ ਕਹਿੰਦੀ ਹਾਂ ਬਿਕੋਜ਼ ਦੇ ਲਾਈਕ ਮਾਈ ਫੈਮਿਲੀ ਆਰ ਪਾਰਟ ਆਫ ਦੈਮ ਨਾਓ. ਸੋ ਐਜ਼ ਰਿਦਮ ਬੋਇਜ਼ ਵੀ ਟਰਾਈ ਆਰ ਲੈਵਲ ਬੈਸਟ ਕਿ ਆਪਾਂ ਕੁਛ ਡਿਫਰੈਂਟ ਲੈ ਕੇ ਆਈਏ, ਹਟ ਕੇ ਕੁਛ ਨਵਾਂ. ਅਤੇ ਜਿਹੜਾ ਇਹ ਇਨੀਸ਼ੀਏਟਿਵ ਆ ਗੁਰਦੀਪ ਜੀ, ਉਹ ਤਾਂ ਇੰਨਾ ਪਿਆਰਾ ਔਰ ਇੰਨਾ ਵਧੀਆ, ਇਟਸ ਸੋ ਹਾਰਟ ਵਾਰਮਿੰਗ ਐਕਚੁਲੀ. ਇਹ ਦੇਖਿਆ ਜਾਏ ਤਾਂ ਬਹੁਤ ਵੱਡੀ ਗੱਲ ਆ ਔਰ ਬਹੁਤ ਪੋਜ਼ਿਟਿਵ ਗੱਲ ਆ ਕਿ ਆਪਾਂ ਦੋ ਮੁਲਕਾਂ ਨੂੰ ਲੈ ਕੇ ਆ ਰਹੇ ਹਾਂ ਇਕੱਠਾ ਆਪਣੀ ਬੋਲੀ ਦੇ ਬੇਸ 'ਤੇ. ਸੋ ਇਟ ਇਜ਼ ਬਿਕੋਜ਼ ਆਫ ਪੰਜਾਬੀ ਬੋਲੀ, ਆਪਣੀ ਮਾਂ ਬੋਲੀ ਕਰਕੇ ਆਪਾਂ ਜੁੜੇ ਹੋਏ ਹਾਂ ਹੁਣ ਤੱਕ. ਅਤੇ ਮੈਨੂੰ ਇਹ ਵੀ ਲੱਗਦਾ ਕਿ ਲਾਹੌਰੀ ਜਿਹੜੀ ਪੰਜਾਬੀ ਹੈ, ਜਿਹੜੀ ਉੱਧਰਲੀ ਪੰਜਾਬੀ, ਉਹ ਜ਼ਿਆਦਾ ਠੀਕ ਆ, ਜ਼ਿਆਦਾ ਮਜ਼ੇਦਾਰ ਆ ਉਹ. ਮੈਨੂੰ ਲੱਗਦਾ ਉਹਨਾਂ ਨੇ ਜ਼ਿਆਦਾ ਸਾਂਭ ਕੇ ਰੱਖੀ ਹੋਈ ਹੈ, ਜਿਹੜੀ ਟੋਨ ਜੀ ਹੁੰਦੀ ਹੈ ਨਾ ਉਹ. ਆਈ ਲਵ ਇਟ. ਅਤੇ ਮੈਂ ਚਾਹੁੰਦੀ ਹਾਂ ਵੀ ਇੱਦਾਂ ਹੀ ਇਹ ਸਾਂਝ ਬਣੀ ਰਹੇ ਆਪਣੀ ਬੋਲੀ ਕਰਕੇ, ਇਹ ਹੋਰ ਵੱਧਦੀ ਰਹੇ ਅਤੇ ਹੋਰ ਵੱਡੇ ਲੈਵਲ 'ਤੇ ਸਾਡੀ ਪੰਜਾਬੀ ਇੰਡਸਟਰੀ ਪਹੁੰਚੇ. ਕਿਉਂਕਿ ਮੈਨੂੰ ਨਹੀਂ ਲੱਗਦਾ ਹਜੇ ਤੱਕ ਆਪਾਂ ਰਿਅਲਾਈਜ਼ ਕਰ ਪਾ ਰਹੇ ਹਾਂ ਕਿ ਕਿੰਨੀ ਵੱਡੀ ਗੱਲ ਆ ਔਰ ਕਿੰਨੀ ਵੱਡੀ ਚੀਜ਼ ਆ. ਇਹਦੇ ਨਾਲ ਪਤਾ ਨਹੀਂ ਕੀ ਡੋਰਸ ਖੁੱਲ੍ਹ ਸਕਦੇ ਨੇ ਅੱਗੇ. ਹਾਂ ਬਿਲਕੁਲ. ਤੁਹਾਨੂੰ ਪਤਾ ਪੰਜਾਬੀ ਦੇ ਵਿੱਚ ਬਹੁਤ ਘੱਟ ਫਿਲਮਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਹਿਤਕ ਹਲਕਿਆਂ ਦੇ ਵਿੱਚ ਵੀ ਜਿਨ੍ਹਾਂ ਦੀ ਚਰਚਾ ਹੁੰਦੀ ਆ, ਰੰਗ ਮੰਚ 'ਤੇ ਲੋਕ ਉਸ ਫਿਲਮ ਬਾਰੇ ਗੱਲ ਕਰ ਰਹੇ ਹੁੰਦੇ ਨੇਗੇ, ਈਵਨ ਮੀਡੀਆ ਦੇ ਵਿੱਚ ਵੀ ਆਫਟਰ ਰਿਲੀਜ਼ ਦੀ ਗੱਲ ਹੋਰ ਆ, ਉਹਨਾਂ ਦੇ ਜਦੋਂ ਟ੍ਰੇਲਰ ਲਾਂਚ ਹੁੰਦਾ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਪੋਜ਼ਿਟਿਵ ਕਮੈਂਟਸ ਆਉਣੇ ਸ਼ੁਰੂ ਹੋ ਜਾਂਦੇ ਨੇ. ਇਸ ਫਿਲਮ ਦੇ ਬਾਰੇ ਵੀ ਇੱਦਾਂ ਹੀ ਹੋਇਆ ਕਿ ਸਾਡੇ ਸਾਹਿਤਕ ਹਲਕਿਆਂ ਦੇ ਵਿੱਚ ਵੀ ਬਹੁਤ ਚਰਚਾ ਆ ਅਤੇ ਸਾਰੇ ਜਣੇ ਬੜੇ ਐਕਸਾਈਟਡ ਨੇਗੇ ਕਿ ਇਹ ਸਾਲ 2019 ਆ ਜਿਹੜਾ ਸਾਡੇ ਸਾਰਿਆਂ ਲਈ ਕਿੰਨਾ ਲੱਕੀ ਆ. ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਰਿਹਾ, 550 ਪ੍ਰਕਾਸ਼ ਪੁਰਬ ਅਸੀਂ ਗੁਰੂ ਨਾਨਕ ਦੇਵ ਜੀ ਦਾ ਮਨਾ ਰਹੇ ਹਾਂ ਅਤੇ ਉੱਥੇ ਫਿਲਮ ਆ ਰਹੀ ਆ, ਹੈ ਨਾ. ਸੋ ਤੁਹਾਨੂੰ ਕੀ ਲੱਗਦਾ ਕਿ ਸਾਰੇ ਕਲਾਕਾਰ ਕਹਿੰਦੇ ਨੇ ਸਾਡੀ ਫਿਲਮ ਬਹੁਤ ਚੰਗੀ ਆ, ਬਹੁਤ ਚੰਗੀ ਆ, ਹੈ ਨਾ, ਪਰ ਇਸ ਫਿਲਮ ਦੀ ਚਰਚਾ ਹੋ ਰਹੀ ਆ, ਤੁਸੀਂ ਇਸ ਫਿਲਮ 'ਚ ਕੰਮ ਕੀਤਾ, ਤੁਹਾਨੂੰ ਕੀ ਲੱਗਦਾ ਹੈ ਕਿ ਹਾਂ ਹੋਰ ਕੀ ਖੂਬਸੂਰਤੀ ਆ? ਅਸੀਂ ਤਾਂ ਚਲੋ 26 ਜੁਲਾਈ ਨੂੰ ਦੇਖਾਂਗੇ, ਪਰ ਤੁਸੀਂ ਤਾਂ ਵੇਖਿਆ ਹੈਗਾ. ਹਾਂਜੀ, ਦੇਖੋ ਸਾਰੇ ਹਰ ਆਰਟਿਸਟ ਵਾਸਤੇ ਆਪਣੀ ਹਰ ਮੂਵੀ ਯੂਨੋ ਉਹ ਹੁੰਦੀ ਆ, ਖਾਸ ਹੁੰਦੀ ਆ, ਦਿਲ ਦੇ ਕੋਲੇ ਹੁੰਦੀ ਆ, ਕਿਉਂਕਿ ਹਰ ਆਰਟਿਸਟ ਨੇ ਮਿਹਨਤ ਕੀਤੀ ਹੁੰਦੀ ਆ, ਤਾਂ ਆਪਣਾ ਨਿਆਣਾ ਤਾਂ ਚੰਗਾ ਲੱਗਦਾ ਹੀ ਲੱਗਦਾ. ਤਾਂ ਉਹੀ ਮੇਰਾ ਹਿਸਾਬ ਆ, ਉਹੀ ਸਾਡਾ ਸਾਰਿਆਂ ਦਾ ਹਿਸਾਬ ਆ. ਸਾਨੂੰ ਤਾਂ ਬਹੁਤ ਪਿਆਰੀ ਹੈ ਇਹ ਮੂਵੀ, ਪਰ ਇਹ 'ਚ ਜਿਹੜਾ ਸਪੈਸ਼ਲ ਫੀਲ ਆ ਉਹ ਡੈਫੀਨੇਟਲੀ ਇਫਤਿਕਾਰ ਸਰ ਅਤੇ ਅਕਰਮਜੀਤ ਅਤੇ ਨਾਸਰ ਜੀ ਇਹ ਸਾਰੇ ਪੁਟਿਨ ਕਰਦੇ ਨੇ, ਕਿਉਂਕਿ ਸਾਨੂੰ ਵੀ ਇੱਦਾਂ ਹੀ ਸੀ. ਸਪੈਸ਼ਲੀ ਮੈਨੂੰ ਜਿੱਦਣ ਪਹਿਲੇ ਦਿਨ ਮੈਂ ਮਿਲਣਾ ਸੀ ਇਹਨਾਂ ਨੂੰ, ਕਿਉਂਕਿ ਮੈਂ ਇਹਨਾਂ ਦੇ ਸਟੇਜ ਡਰਾਮਾਸ ਦੇਖੇ ਹੋਏ ਸੀ. ਹਾਂਜੀ. ਸੋ ਮੈਨੂੰ ਇੱਦਾਂ ਸੀ ਕਿ ਧਿਆਨ ਨਾਲ ਬੋਲੋ, ਧਿਆਨ ਨਾਲ ਰਹੋ. ਮੈਂ ਪਹਿਲੇ ਦਿਨ ਤਾਂ ਮੈਂ ਬਹੁਤ ਇੱਦਾਂ ਪਿੱਛੇ ਪਿੱਛੇ ਸੀ, ਆਈ ਵਾਜ਼ ਜਸਟ ਨੋਟ ਟਰਾਇੰਗ ਟੂ ਟਾਕ ਮੱਚ, ਮੈਨੂੰ ਅਸੀਂ ਜ਼ਿਆਦਾ ਬੋਲਣਾ ਨਾ, ਬਸ ਚੁੱਪ ਕਰਕੇ ਬੈਠੀ ਰਹਾਂ. ਪਰ ਦਸ ਸੋ ਸਵੀਟ, ਇੰਨੇ ਪਿਆਰੇ ਇਨਸਾਨ ਨੇ, ਇੰਨੀ ਛੇਤੀ ਘੁਲਦੇ ਮਿਲਦੇ ਨੇ, ਮਤਲਬ ਬਹੁਤ ਜ਼ਿਆਦਾ ਵਧੀਆ ਲੱਗਿਆ ਇਹਨਾਂ ਨਾਲ ਕੰਮ ਕਰਕੇ. ਉਹ ਫਸਟ ਦਿਨ ਸੀ ਜਦੋਂ ਮੈਂ ਹਿਚਕਚਾ ਰਹੀ ਸੀ, ਅਤੇ ਲਾਸਟ ਦਿਨ ਸੀ ਜਦੋਂ ਸਾਡਾ ਜੀ ਨਹੀਂ ਸੀ ਕਰ ਰਿਹਾ ਸਾਰਿਆਂ ਨੂੰ ਇੱਕ ਦੂਜੇ ਨੂੰ ਛੱਡਣ ਦਾ ਜਾਂ ਕਿ ਵਾਪਸ ਜਾਣ. ਤਾਂ ਮੇਰੀ ਤਾਂ ਇਹ ਉਮੀਦ ਹੈ ਵੀ ਛੇਤੀ ਛੇਤੀ ਦੁਬਾਰਾ ਆਪਾਂ ਕੁਛ ਕਰੀਏ ਅਤੇ ਇਹ ਸਿਲਸਿਲਾ ਇੱਦਾਂ ਹੀ ਚੱਲਦਾ ਰਹੇ, ਬਸ ਆਪਾਂ ਵੱਧਦੇ ਰਹੀਏ. ਮੂਵੀ ਬਹੁਤ ਜ਼ਿਆਦਾ ਪਿਆਰੀ ਬਣੀ ਆ. ਐਜ਼ ਯੂਜੁਅਲ ਰਿਦਮ ਬੋਇਜ਼ ਵੱਲੋਂ ਆ ਤਾਂ ਕੰਟੈਂਟ ਸਟਰੋਂਗ ਆ, ਕੌਮੇਡੀ ਆ, ਬਟ ਦੈਨ ਸਟਿਲ ਇਟ ਹੈਜ਼ ਅ ਮੈਸੇਜ ਟੂ ਇਟ.
ਜਿਹੜਾ ਹਰ ਫਿਲਮ ਦੇ ਵਿੱਚ ਹੁੰਦਾ ਹੀ ਆ, ਫਿਲਮ ਵਿੱਚ ਹੁੰਦਾ ਹੀ ਆ, ਤੇ ਕਾਮੇਡੀ ਵੀ ਉਹ ਸਿਚੁਏਸ਼ਨਲ ਕਾਮੇਡੀ ਆ, ਇਟਸ ਨਾਟ ਬੇਸਲੈਸ, ਇਟਸ ਨਾਟ ਸੈਂਸਲੈਸ, ਵਧੀਆ ਉਹਨਾਂ ਦੀ ਆਪਣਾ ਇੱਕ ਤਰੀਕਾ ਜਿਹਾ। ਇੱਕ ਹੋਰ ਇਹਦੀ ਬਹੁਤ ਚੰਗੀ ਗੱਲ ਹੈ ਇਸ ਮੂਵੀ ਦੀ, ਕਿਸੇ ਨੇ ਵੀ ਇੱਕ ਦੂਜੇ ਨੂੰ ਓਵਰ ਪਾਵਰ ਕਰਨ ਦੀ ਜਾਂ ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜਾ ਉਹਨਾਂ ਦਾ ਕਾਮੇਡੀ ਸਟਾਈਲ ਸੀ ਉਹੀ ਰਹਿਣ ਦਿੱਤਾ, ਜਿਹੜਾ ਸਾਡਾ ਸੀ ਉਹੀ, ਕਿਸੇ ਨੇ ਇਹ ਨਹੀਂ ਟਰਾਈ ਕੀਤਾ ਕਿ ਆਪਾਂ ਉਹ ਕਰ ਲਈਏ ਇਹ ਨੋ। ਮਤਲਬ ਰਾਕੇਸ਼ ਜੀ ਨੇ ਇੱਕ ਤਾਂ ਲਿਖਿਆ ਬਹੁਤ ਸੋਹਣਾ, ਉਹ ਤੋਂ ਜਨਜੋਤ ਜੀ, ਕਾਰਜ ਸਰ ਐਂਡ ਅਮਰਿੰਦਰ ਸਰ ਵਰ ਲਾਈਕ ਲੈਟ ਇਟ ਬੀ, ਜਿੱਦਾਂ ਜਾ ਰਿਹਾ ਜਿੱਦਾਂ, ਮਤਲਬ ਨੈਚੁਰਲ ਆ, ਮਤਲਬ ਕਿਸ ਛੇੜਛਾੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਸਭ ਤੋਂ ਪਿਆਰਾ ਪੁਆਇੰਟ ਆ, ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ ਕਿ ਵੀ ਤੁਸੀਂ ਇੱਦਾਂ ਕੰਮ ਕਰੋ ਜਾਂ ਉੱਦਾਂ ਕੰਮ ਕਰੋ, ਨਹੀਂ, ਜਿੱਦਾਂ ਦੀ ਕਾਮੇਡੀ ਆਪਾਂ ਨੈਚੁਰਲੀ ਆਉਂਦੀ ਆ ਉੱਦਾਂ ਦੀ। ਬਿਲਕੁਲ, ਜਿੰਨੇ ਐਕਸਾਈਟਿਡ ਅਸੀਂ ਹਾਂ ਤਾਂ ਲੈਂਦੇ ਪੰਜਾਬ ਵਾਲੇ ਵੀ ਉਨੇ ਐਕਸਾਈਟਿਡ ਨੇਗੇ। ਹੁਣ ਤਾਂ ਚਲੋ ਇੱਕ ਸਾਡੇ ਕੋਲ ਸੋਸ਼ਲ ਮੀਡੀਆ ਇੱਦਾਂ ਦਾ ਪਲੈਟਫਾਰਮ ਹੈਗਾ ਜਿੱਥੇ ਕੋਈ ਸਰਹੱਦਾਂ ਨਹੀਂ ਹੈਗੀਆਂ, ਸਾਰੇ ਇੱਕ ਦੂਜੇ ਨਾਲ ਗੱਲ ਕਰਦੇ ਨੇ, ਸ਼ੇਅਰ ਕਰਦੇ ਨੇਗੇ, ਹੈ ਨਾ। ਇਸ ਫਿਲਮ ਦੇ ਲਈ ਤੁਹਾਡੀ ਸਭ ਤੋਂ ਵੱਡੀ ਐਫਰਟ ਸੀਗੀ ਕਿ ਤੁਸੀਂ ਲਾਈਫ 'ਚ ਪਹਿਲੀ ਵਾਰੀ ਵਾਲ ਕਲਰ ਕਰਵਾਏ? ਹਾਂਜੀ, ਵਾਓ, ਥੈਂਕ ਯੂ ਫੋਰ ਨੋਟਿਸਿੰਗ ਇਟ। ਮੈਂ ਹਾਂਜੀ ਅੱਜ ਤੱਕ ਵਾਲ ਨਹੀਂ ਸੀ ਕਲਰ ਕਰਾਏ, ਅਤੇ ਕਸ ਸੈਵੀ ਦੇ ਕੈਰੇਕਟਰ ਵਾਸਤੇ ਮੈਨੂੰ ਲੱਗਿਆ ਕਿ ਥੋੜ੍ਹਾ ਜਿਹਾ ਉਹ ਟੱਚ ਹੋਣਾ ਚਾਹੀਦਾ, ਕਿਉਂਕਿ ਬਹੁਤ ਕਾਮਨ ਆ ਕਿ ਜਦੋਂ ਆਪਾਂ ਕੁੜੀਆਂ, ਕਿਉਂਕਿ ਮੈਂ ਵੀ ਬਾਹਰ ਗਈ ਹਾਂ, ਪਰ ਜਦੋਂ ਜਨਰਲੀ ਆਪਾਂ ਬਾਹਰ ਜਾਂਦੇ ਹਾਂ ਤਾਂ ਬਾਹਰ ਵੀ ਨਹੀਂ, ਅੱਜ ਕੱਲ੍ਹ ਇੱਥੇ ਵੀ ਥੋੜ੍ਹਾ ਜਿਹਾ ਮਾਡਰਨਾਈਜੇਸ਼ਨ ਵੱਲ ਜੇ ਚਲੇ ਜਾਈਏ, ਜਨਰਲੀ ਅੱਜ ਕੱਲ੍ਹ ਹਰ ਕੁੜੀ ਦੇ ਬਾਲ ਕਲਰਡ ਹੁੰਦੇ ਨੇ, ਤਾਂ ਮੈਨੂੰ ਸੀ ਕਿ ਇਹਨੂੰ ਥੋੜ੍ਹਾ ਜਿਹਾ ਟੱਚ ਉਹ ਮਿਲਣਾ ਚਾਹੀਦਾ, ਐਂਡ ਇਟ ਵਾਸ ਫਨ ਫੋਰ ਮੀ, ਮੈਨੂੰ ਵੀ ਮਜ਼ਾ ਆਇਆ। ਮੈਂ ਅੱਜ ਤੱਕ ਸਾਰੀ ਮੂਵੀਜ਼ ਆਈ ਡਨ, ਲਾਈਕ ਇਸ ਤੋਂ ਪਹਿਲਾਂ 8 ਮੂਵੀਜ਼ ਮੈਂ ਕਾਲੇ ਨੈਚੁਰਲ ਬਾਲਾਂ 'ਚ ਕੀਤੀ ਆ, ਅਤੇ ਮੈਨੂੰ ਬਹੁਤ ਐਕਸਾਈਟਮੈਂਟ ਸੀ ਜਦੋਂ ਮੈਂ ਬਾਲ ਕਲਰ ਕਰਾਉਣੇ ਸੀ, ਮੈਂ ਬਰਥਡੇ ਵਾਲੇ ਦਿਨ ਕਰਾਏ। ਅੱਛਾ, ਮੈਂ ਕਿਹਾ ਚਲੋ ਚਲੋ ਕਰਾਉਂਦੇ ਹਾਂ, ਅਤੇ ਸੈਵੀ ਨੂੰ ਲੁੱਕ ਬਹੁਤ ਡਿਫਰੈਂਟ ਮਿਲਿਆ ਉਹਦੇ ਨਾਲ, ਤਾਂ ਹੀ ਮੈਂ ਕਿਹਾ ਕਿ ਲੁੱਕ ਵਾਈਜ਼ ਵੀ, ਐਟੀਟਿਊਡ ਵਾਈਜ਼ ਵੀ ਇੱਕ ਕੁੜੀ ਕਾਫੀ ਡਿਫਰੈਂਟ ਆ, ਐਂਡ ਇਟ ਵਾਸ ਫਨ ਪਲੇਇੰਗ ਹਰ, ਬਿਕੋਜ਼ ਮੈਂ ਇਹੋ ਜਿਹੀ ਨਹੀਂ ਹਾਂ, ਸੈਵੀ ਅਤੇ ਮੇਰੇ 'ਚ ਇੰਨਾ ਕੋਈ ਖਾਸ ਮੇਲ ਹੈ ਨਹੀਂ, ਅਤੇ ਫਿਰ ਮਜ਼ਾ ਆਉਂਦਾ ਜਦੋਂ ਵੀ ਇਹੋ ਜਿਹਾ ਕੈਰੇਕਟਰ ਕਰਨ ਨੂੰ ਮਿਲੇ ਜਿਹੜੇ ਤੁਸੀਂ ਬਿਲਕੁਲ ਨਹੀਂ ਹੁੰਦੇ। ਬਿਲਕੁਲ। ਅੱਛਾ, ਮੈਨੂੰ ਨਾ ਇੱਕ ਤੁਹਾਡੀ ਟੀ ਸ਼ਰਟ ਬਹੁਤ ਪਸੰਦ ਆ ਜਿੱਥੇ ਲਿਖਿਆ ਹੋਈ ਯੈਸ ਆਈ ਐਮ ਇਗਨੋਰਿੰਗ ਯੂ। ਓਹ ਸਵੀਟ, ਆਈ ਓ ਕੋਈ ਨਾ, ਆਈਲ ਗੈਟ ਵਨ ਫੋਰ ਯੂ ਨੈਕਸਟ ਟਾਈਮ। ਹਾਂ, ਮੇਰੇ ਕਹਿਣ ਦਾ ਮਤਲਬ ਇਹੀ ਸੀ। ਯੂਲ ਹੈਵ ਇਟ ਫੋਰ ਸ਼ੋਰ। ਮੈਂ ਅੱਜ ਐਕਸਪਰਟ ਲਾਂਚਰ ਵਾਲਿਆਂ ਦੀ ਇੱਕ ਫੋਟੋ ਦੇਖੀ ਜਿੱਥੇ ਉਹਨਾਂ ਨੇ ਨਾ ਲਾਡੀ ਵੀਰ ਉਹਨਾਂ ਨੇ ਟੀ ਸ਼ਰਟਾਂ ਪਾਈਆਂ ਹੋਈਆਂ ਸੀ, ਚੱਲ ਮੈਂ ਥੱਲੇ ਲੈ ਕੇ, ਮੈਂ ਕਿ ਮੈਨੂੰ ਵੀ ਦੇ ਦਿਓ। ਇਹ ਤਾਂ ਤੁਹਾਨੂੰ ਹੁਣੇ ਮਿਲੂਗੀ, ਲਾਡੀ ਜੀ ਹੁਣੇ ਦੇਣਗੇ ਤੁਹਾਨੂੰ। ਤੁਸੀਂ ਕਹਿ ਦਿਓ, ਆਈਲ ਮੇਕ ਸ਼ੋਰ ਯੂ ਗੈਟ ਇਟ। ਮੈਨੂੰ ਕੋਟਸ ਵਾਲੀ ਟੀ ਸ਼ਰਟਸ ਬਹੁਤ ਪਸੰਦ ਨੇ ਐਕਚੁਅਲੀ, ਪਰਸਨਲੀ ਆਈ ਲਵ ਟੂ ਵੇਅਰ ਸਮਥਿੰਗ ਰਿਟਨ, something written somewhere, which is little sarcastic also, kyunki main personal life ch bahut sarcastic ha, I'm very sarcastic, kadi kadi ta mainu apne aap nu hunda ki oh bas calm down। Achhe film de shoot duran tusi TikTok videos bhi bahut banaiyan, anni de mazak hai। Haan ji, bahut nahi actually, do hi banaiyan। ਜਿਵੇਂ ਤੁਸੀਂ ਦੇਖਿਆ, ਮੈਨੂੰ, ਮੈਂ ਇੰਨੀ ਵਧੀਆ ਨਹੀਂ ਆ ਵਿਦ ਟਿਕਟੋਕ, ਮੈਨੂੰ ਆਉਂਦਾ ਨਹੀਂ। ਨਾਸਿਰ ਸਰ ਤੇ ਮੈਂ ਟਰਾਈ ਕਰ ਰਹੀ ਸੀ, ਕਿਉਂਕਿ ਨਾਸਿਰ ਸਰ ਨੇ ਵੀ ਨਹੀਂ ਟਿਕਟੋਕ ਬਣਾਇਆ ਹੋਇਆ ਸੀ, ਮੈਂ ਵੀ ਨਹੀਂ, ਤਾਂ ਸਾਡੀ ਟਾਈਮਿੰਗ ਪਹਿਲਾਂ ਤਾਂ ਬੜੀ ਆਫ ਜਾ ਰਹੀ ਸੀ, ਕਿਉਂਕਿ ਸਾਨੂੰ ਉਹਦਾ ਕਲੂ ਨਹੀਂ ਸੀ ਵੀ ਕਿੱਦਾਂ ਕਰੀਦਾ। ਪਹਿਲਾਂ ਮੈਂ ਤਾਂ ਸਿਰਫ ਸਿੱਧਾ ਵੀਡੀਓ ਚੱਕ ਕੇ ਪਾ ਦਿੰਦੀ ਸੀ ਟਿਕਟੋਕ 'ਤੇ, ਕੋਈ ਬਣੀ ਪਈ ਆ ਗੈਲਰੀ 'ਚ ਚੱਕ ਕੇ ਪਾਤੀ, ਬਟ ਦੈਨ ਓਬਵੀਅਸਲੀ ਨਾਸਿਰ ਸਰ ਉੱਥੇ ਸੀ, ਤਾਂ ਮੈਂ ਕਿਹਾ ਹੂ ਵੁੱਡ ਮਿਸ ਦਿਸ ਓਪਰਚੁਨਿਟੀ। ਬਿਲਕੁਲ, ਜਿੰਨਾ ਦਾ ਉਹ ਡਾਇਲੋਗ ਆ ਜਦੋਂ ਉਹ ਮੇਰੇ ਨਾਲ ਨੇ, ਤਾਂ ਵਾਈ ਨੋਟ, ਸਾਰੇ ਤਰਸਦੇ ਨੇ ਇਹਨਾਂ ਨੂੰ ਮਿਲਣ ਨੂੰ। ਸੋ ਫਿਰ ਆਪਾਂ ਦੋ ਕੀਤੇ ਸੀ, ਇੱਕ ਅੰਨੀ ਰਿਹਾ ਮਜ਼ਾਕ ਹੈ, ਅਤੇ ਇੱਕ ਹੋਰ ਕੀਤੇ ਸੀ ਪੈਸੇ, ਮੇਰੇ ਕੋਲ ਪੈਸੇ ਕੋਈ ਨਹੀਂ।
ਬਿਲਕੁਲ। ਅੱਛਾ, ਆਪਾਂ ਤਾਂ ਆਪਣੀ ਐਕਸਾਈਟਮੈਂਟ ਸ਼ੇਅਰ ਕਰ ਰਹੇ ਹਾਂ ਨਾ, ਇਹਨਾਂ ਕਲਾਕਾਰਾਂ ਨੂੰ ਕਿੰਨੀ ਐਕਸਾਈਟਮੈਂਟ ਸੀ, ਉਹਨਾਂ ਦੇ ਕੀ ਅਹਿਸਾਸ ਸੀਗੀ ਉਸ ਵੇਲੇ, ਮਤਲਬ ਤੁਹਾਡੇ ਨਾਲ ਗੱਲ ਹੁੰਦੀ ਹੋਣੀ ਆ ਕਿ, ਹਾਂਜੀ, ਮਤਲਬ ਜਦੋਂ ਉਹਨਾਂ ਨੂੰ ਅਪਰੋਚ ਕੀਤਾ ਗਿਆ ਕਿ ਤੁਸੀਂ ਪੰਜਾਬ ਦੀ ਫਿਲਮ ਇਹ ਕਰਨੀ ਆ, ਅਮਰਿੰਦਰ ਹੋਣੀ ਸਾਰੇ ਇਹਦੇ ਵਿੱਚ ਹੋਣਗੇ, ਹੈ ਨਾ, ਫੈਨ ਬੇਸ ਅਮਰਿੰਦਰ ਦਾ ਆਲਰੇਡੀ ਹੈਗਾ ਪਾਕਿਸਤਾਨ ਦੇ ਵਿੱਚ ਵੈਰੀ ਸਟਰੋਂਗ, ਹਾਂਜੀ। ਅਤੇ ਇਹਨਾਂ ਦਾ ਕੀ ਰਿਐਕਸ਼ਨ ਸੀਗਾ, ਮਤਲਬ ਕੁਛ ਉਹਨਾਂ ਨੇ ਸ਼ੇਅਰ ਕੀਤਾ ਹੋਣਾ ਤੁਹਾਡੇ? ਆਈ ਰਿਐਕਸ਼ਨ ਮੈਨੂੰ ਆਈ ਓਨਲੀ ਨੋ, ਮੈਨੂੰ ਇਹ ਤਾਂ ਨਹੀਂ ਪਤਾ ਜਦੋਂ ਫੋਨ ਕਾਲ ਗਿਆ ਕਿਉਂਕਿ ਕਿੱਦਾਂ ਰਿਐਕਸ਼ਨ ਸੀ, ਪਰ ਆਈ ਐਮ ਸ਼ੋਰ ਵਧੀਆ ਹੀ ਹੋਊਗਾ। ਪਰ ਉਸ ਤੋਂ ਬਾਅਦ ਹਾਂਜੀ, ਮੈਂ ਜਿੰਨਾ ਕੁ ਦੇਖਿਆ ਦੇ ਵੋ ਵੈਰੀ ਐਕਸਾਈਟਡ, ਉਹ ਮਤਲਬ ਸਾਡੇ ਵਾਂਗੂ ਐਕਸਾਈਟਡ ਸੀ, ਸਾਨੂੰ ਮਤਲਬ ਇਹੀ ਸੀ ਕਿ ਕਿੱਦਾਂ ਕਿੱਦਾਂ ਹੋਊਗਾ, ਹੁੰਦਾ ਹੀ ਆ। ਐਂਡ ਇਹ ਜ਼ਰੂਰੀ ਨਹੀਂ ਹੈ ਕਿ ਬਿਕੋਜ਼ ਪਾਕਿਸਤਾਨ ਤੋਂ ਆਏ ਸੀ ਤਾਂ ਕਰਕੇ, ਕੋਈ ਵੀ ਨਵੇਂ ਸਟਾਰਸ, ਕੋਈ ਵੀ ਨਵੇਂ ਆਰਟਿਸਟ ਨਾਲ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਕੰਮ ਨਹੀਂ ਕੀਤਾ, ਤੁਹਾਨੂੰ ਥੋੜ੍ਹਾ ਜਿਹਾ ਹੁੰਦਾ ਵੀ ਕਿਹੋ ਜਿਹਾ ਰਿਐਕਸ਼ਨ ਹੋਊਗਾ, ਕਿੱਦਾਂ ਦਾ ਕੀ, ਮਤਲਬ ਉਹ ਵੈਰੀ ਸਵੀਟ, ਬਹੁਤ ਐਕਸਾਈਟਡ ਸੀ। ਪਲੱਸ ਹਮੇਸ਼ਾ ਇਨਪੁੱਟਸ, ਇੰਪਰੋਵਾਈਜੇਸ਼ਨਸ, ਮਤਲਬ ਸਾਡੇ ਤੋਂ ਜ਼ਿਆਦਾ ਉਹਨਾਂ ਨੂੰ ਚਾਅ ਹੁੰਦਾ ਸੀ ਕਿ ਇੱਥੇ ਇੱਦਾਂ ਕਰਦੇ ਹਾਂ, ਇੱਥੇ ਇਹ ਬੋਲ ਕੇ ਦੇਖਦੇ ਹਾਂ, ਸਪੈਸ਼ਲੀ ਨਾਸਿਰ ਸਰ, ਹੀ ਯੂਸ ਟੂ ਗਿਵ ਅ ਲੋਟ ਆਫ ਇਨਪੁੱਟ, ਸੋ ਇਟ ਵਾਜ਼ ਫਾਈਨ। ਮੈਨੂੰ ਟ੍ਰੇਲਰ ਦਾ ਉਹ ਡਾਇਲੋਗ ਬਹੁਤ ਸੋਹਣਾ ਲੱਗਦਾ ਜਿੱਥੇ ਉਹ ਕਹਿੰਦਾ ਆਪਾਂ ਤੂੰ ਇਹ ਕੀ ਵੇਖੀ ਜਾ ਰਹੇ ਹਾਂ, ਅਤੇ ਆਪਾਂ ਤਾਂ ਕੁੜੀ ਵੇਖਣਾ ਹੈ, ਕਹਿੰਦਾ ਉਹ ਮੈਂ ਤਾਂ ਦੇਖ ਰਿਹਾ ਸੀਗਾ ਲੰਬੀ ਜਿਹੀ ਕੁੜੀ, ਉਹ ਕਹਿੰਦੇ ਫਿਰ ਨਾ ਤੂੰ ਕੋਈ ਲੰਬੀ ਜਿਹੀ ਲੰਬੀ ਲੈ ਤੁਹਾਡੇ ਤੁਹਾਡੇ ਘਰ ਹੈ ਵੀ ਨਹੀਂ। ਅਕਰਮ ਸਰ ਬਹੁਤ ਸਾਰਕਾਸਟਿਕ ਨੇ, ਲਾਈਕ ਇਨ ਹਿਸ ਕਾਮੇਡੀ ਵਿਚ ਇਜ਼ ਅਮੇਜ਼ਿੰਗ, ਜੋ ਸਾਰਕਾਜ਼ਮ ਇਹ ਡਾਇਲੋਗ ਚ ਵੀ ਦਿਸਦਾ। ਬਿਲਕੁਲ, ਇਸ ਵੇਲੇ ਵੀ ਤੁਸੀਂ ਬੜੇ ਕਲਰਫੁੱਲ ਜਿਹੇ ਤਿਆਰ ਹੋਏ ਹੋਏ ਹੋ, ਮੈਂ ਪਹਿਲੀ ਵਾਰ ਤੁਹਾਨੂੰ ਦੇਖਿਆ ਔਨ ਸਕਰੀਨ, ਆਫ ਸਕਰੀਨ, ਤੁਸੀਂ ਪਹਿਲੀ ਵਾਰ ਇੱਦਾਂ ਦੇ ਤਿਆਰ ਹੋਏ ਹਾਂ, ਚਲੋ ਇਹ ਤਾਂ ਮੈਨੂੰ ਸ਼ੁਰੂ ਤੋਂ ਹੀ ਕਲਰ ਪਸੰਦ ਆ ਜ਼ਿੰਦਗੀ 'ਚ, ਰੰਗ 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 ਰੰਗ, ਸੋ ਐਂਡ ਆਲਸੋ ਯੂਅਰ ਰਾਈਟ, ਇਹ ਸੈਵੀ ਨਾਲ ਥੋੜ੍ਹਾ ਜਿਹਾ ਜਾਂਦਾ ਵੀ ਆ, ਹਾਲਾਂਕਿ ਸੈਵੀ ਇਜ਼ ਲਿਟਲ ਲਾਈਕ ਕਲਾਸੀ ਟਾਈਪ, ਸੋ ਥੋੜ੍ਹੀ ਜਿਹੀ ਇੱਦਾਂ ਦੀ ਆ, ਲਾਈਕ ਸੈਵੀ ਉਹ ਜਿਹਾ ਕੈਰੈਕਟਰ ਜਿਹਨੂੰ ਸੈਂਸ ਹੈ, ਫੈਸ਼ਨ ਸੈਂਸ ਹੈ, ਸ਼ੀ ਇਜ਼ ਵੈਰਿੰਗ ਲਾਈਕ ਗੁੱਡ ਕਲੋਥਸ ਐਂਡ ਇੱਦਾਂ, ਜਿਹੜੀ ਉਹ ਸਮਝਦਾਰ ਜਿਹੀਆਂ ਕੁੜੀਆਂ ਹੁੰਦੀਆਂ ਨੇ ਨਾ, ਸ਼ੀ ਇਜ਼ ਵੈਰੀ ਲਾਈਕ ਸੋਰਟਡ ਇਨ ਲਾਈਫ, ਤਾਂ ਉੱਦਾਂ ਦੀ ਆ ਇਹ। ਪਰ ਯੈਸ, ਬਟ ਦਿਸ ਇਜ਼ ਮੀ। ਬਿਲਕੁਲ, ਅਤੇ ਮੈਂ ਬਹੁਤ ਐਕਸਾਈਟਡ ਹਾਂ, ਇੱਕ ਤਾਂ ਚਲੋ ਇਹ ਫਿਲਮ ਦਾ ਹੈਗਾ ਕਿ ਮਤਲਬ ਦੋਨੇ ਪੰਜਾਬਾਂ ਦੇ ਜਿਹੜੇ ਕਲਾਕਾਰ ਇਕੱਠੇ ਸਕਰੀਨ 'ਤੇ ਦੇਖਣਗੇ, ਉਹ ਤਾਂ ਇੱਕ ਅਲੱਗ ਚਾਹ ਹੈਗਾ ਹੀ ਆ, ਪਰ ਮੈਨੂੰ ਤੁਹਾਡੇ ਉਹ ਬੀਬੀ ਕਿਰਦਾਰਾਂ ਦੇ ਵਿੱਚੋਂ ਨਾ ਇਹ ਵਾਲਾ ਕਿਰਦਾਰ ਮੈਂ ਹਾਂ ਦੇਖਣ ਦੇ ਲਈ ਬਹੁਤ ਐਕਸਾਈਟਡ ਹਾਂ ਕਿ ਤੁਸੀਂ ਕਿਵੇਂ ਕੰਮ ਕਰੋਗੇ। ਥੋੜ੍ਹਾ ਜਿਹਾ ਮਿਸ਼ਰੀ ਦੇ ਵਿੱਚ ਵੀ ਮੈਨੂੰ ਚੁਲਬੁਲਾਪਨ ਲੱਗਿਆ ਸੀ, ਹਾਂਜੀ ਮਿਸ਼ਰੀ 'ਚ ਉਹ ਥੋੜ੍ਹਾ ਜਿਹਾ ਅਲੱਗ ਸੀ, ਬਸ ਹਾਂਜੀ ਉਹ ਥੋੜ੍ਹਾ ਅਲੱਗ ਸੀਗਾ, ਇਹ ਕਿੱਦਾਂ ਦੀ ਹੋਏਗੀ, ਕਿੱਦਾਂ ਜਿੰਦਰ ਦੇ ਨਾਲ ਉਹਦੀ ਕੈਮਿਸਟਰੀ ਕਿੱਦਾਂ ਦੀ ਹੋਏਗੀ, ਹੈ ਨਾ। ਅਤੇ ਥੈਂਕ ਯੂ ਸੋ ਮੱਚ, ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ, ਅਤੇ ਵਿਸ਼ ਯੂ ਗੁੱਡ ਲੱਕ ਫੋਰ ਦਿਸ ਫਿਲਮ ਐਂਡ ਜਿਹੜੀਆਂ ਤੁਹਾਡੀਆਂ ਅਗਲੀਆਂ ਆ ਰਹੀਆਂ ਨੇ ਉਹਨਾਂ ਦੇ ਲਈ ਵੀ, ਅਤੇ ਮੈਂ ਚਾਹੂੰਗੀ ਕਿ ਤੁਸੀਂ ਬੀ ਸੋਸ਼ਲ ਦੇ ਦਰਸ਼ਕਾਂ ਨੂੰ ਵੀ ਅਪੀਲ ਕਰ ਦਿਓ ਕਿ ਫਿਲਮ ਜ਼ਰੂਰ ਵੇਖਣ ਜਾਣ। ਜੀ ਜੀ ਸ਼ੋਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੱਦਾਂ ਕਿ ਤੁਸੀਂ ਸਾਡੀ ਇੰਟਰਵਿਊ ਸੁਣੀ, ਵੈਲ 26 ਜੁਲਾਈ ਨੂੰ ਸਾਡੀ ਮੂਵੀ ਆ ਰਹੀ ਹੈ, 26 ਜੁਲਾਈ, ਬਸ ਛੇਤੀ ਛੇਤੀ ਆਪਣੀ ਟਿਕਟਾਂ ਬੁੱਕ ਕਰਾ ਲਓ, ਐਡਵਾਂਸ ਓਪਨਿੰਗ ਓਪਨ ਹੋ ਚੁੱਕੀ ਹੋਣੀ ਆ ਹੁਣ ਤੱਕ, ਸੋ ਪਲੀਜ਼ ਗੋ ਬੁੱਕ ਯੋਰ ਟਿਕਟਸ ਅਤੇ ਦੇਖੋ, ਇੰਜੋਏ ਕਰੋ, ਪ੍ਰੋਪਰ ਫੈਮਿਲੀ ਐਂਟਰਟੇਨਮੈਂਟ ਆ, ਸੋ ਪਲੀਜ਼ ਸਾਰੇ ਪਰਿਵਾਰ ਨਾਲ ਜਾਓ, ਵੱਡੇ ਛੋਟੇ ਸਾਰਿਆਂ ਨੂੰ ਲੈ ਕੇ ਜਾਓ ਅਤੇ ਇੰਜੋਏ ਕਰੋ, ਬਸ ਜਸਟ ਹੈਵ ਫਨ, ਹੱਸੋ ਖੇਡੋ, ਖੁਸ਼ ਰਹੋ। ਥੈਂਕ ਯੂ ਸੋ ਮੱਚ ਮੈਮ, ਅਤੇ ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਸਿਮੀ ਚਾਲਹੁਰੀ, ਗੱਲਬਾਤ ਕਰ ਰਹੇ ਸਨ ਸਾਡੇ ਨਾਲ 26 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ਚੱਲ ਮੇਰਾ ਪੁੱਤ, ਚੱਲ ਮੇਰਾ ਪੁੱਤ ਫਿਲਮ ਵੇਖ ਕੇ ਤੁਸੀਂ ਵੀ ਪਰਿਵਾਰਾਂ ਸਮੇਤ ਨੇੜੇ ਦੇ ਦੂਰ ਦੇ ਸਿਨੇਮਾ ਘਰਾਂ ਤੱਕ ਜਿੱਥੇ ਤੱਕ ਵੀ ਤੁਸੀਂ ਜਾਣਾ ਚਾਹੁੰਦੇ ਹੋ ਜਾ ਕੇ ਵੇਖ ਸਕਦੇ ਹੋ। ਬਾਕੀ ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਸਤਿ ਸ਼੍ਰੀ ਅਕਾਲ ਜੀ।